ਸ਼ਿਕਾ ਸਰ ਜੀ ਸਿਕਾਲ ਜੀ ਸਰ ਜਿਸ ਤਰ੍ਹਾਂ ਕਿ ਜਿਹੜਾ ਪੰਜਾਬ ਦਾ ਮੌਸਮ ਹੈ ਲਗਾਤਾਰ ਜਿਹੜਾ ਟੈਂਪਰੇਚਰ ਉਹਦਾ ਘਟਦਾ ਜਾ ਰਿਹਾ ਉਸ ਬਾਰੇ ਥੋੜੀ ਜਾਣਕਾਰੀ ਦਿਓ। ਮੌਸਮ ਪੰਜਾਬ ਦਾ 11 ਸਾਲ ਦਾ ਰਿਕਾਰਡ ਤੋੜਦਾ ਤੇ ਜੋ ਅੱਜ ਟੈਂਪਰੇਚਰ ਆ ਪੰਜਾਬ ਦਾ 10 ਹੈ ਜੀ ਡਿਗਰੀ ਬਹੁਤ ਘੱਟ ਹੈ ਬਹੁਤ ਠੰਡ ਜ਼ਿਆਦਾ ਹੈ। ਹਾਂਜੀ ਮੈਡਮ ਜੀ। ਹਾਂਜੀ ਸਰ ਜਿਸ ਤਰ੍ਹਾਂ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਬਾਰੇ ਤੁਹਾਡਾ ਕੀ ਵਿਚਾਰ ਹੈ? ਪੰਜਾਬ ਸਰਕਾਰ ਦੇ ਮਰਾਂ ਲਗਾਤਾਰ ਇਹ ਮੰਗ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਕਿ ਸਾਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਇਆ ਦਿੱਤਾ ਜਾਵੇ। ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮੁਲਾਜ਼ਮ ਡੀਏ ਵਿੱਚ 4% ਵਾਧਾ ਕਰਤਾ ਦਸੰਬਰ ਮਹੀਨੇ ਵਿੱਚ, ਪਰ 17 ਮਹੀਨਿਆਂ ਜੋ ਏਰੀਅਰ ਹੈ ਉਦੋਂ ਨਹੀਂ ਦੇ ਰਿਹਾ ਹੈ। ਪਰ ਹੁਣ ਆਸ ਕੀਤੀ ਜਾ ਸਕੇ ਪੰਜਾਬ ਸਰਕਾਰ ਤੋਂ ਆਉਣ ਵਾਲੇ ਸਮੇਂ ਵਿੱਚ ਜੋ ਮੁਲਾਜ਼ਮ ਡੀਏ ਦੇ ਵਿੱਚ 8% ਵਾਧਾ ਕਰ ਸਕਦੇ ਹਨ। ਇਸ ਤਰ੍ਹਾਂ ਹੀ 2016 ਤੋਂ ਜੋ ਪੇਖਣ ਦਾ ਏਰੀਅਰ ਬਕਾਇਆ ਹੈ ਉਹ ਵੀ ਬਕਾਇਆ ਹੈ, ਪਰ ਇਸ ਬਾਰੇ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਕੋਈ ਫੈਸਲਾ ਕਰ ਸਕਦੇ ਹਨ। ਹਾਂਜੀ ਮੈਡਮ ਜੀ। ਜੀ ਸਰ, ਸਰ ਜਿਸ ਤਰ੍ਹਾਂ ਕਿ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ ਹੈ? 17/7/2020 ਤੋਂ ਭਰਤੀ ਮੁਲਾਜ਼ਮਾਂ ਵਾਸਤੇ 6ਵਾਂ ਵੇਸ਼ ਲਾਗੂ ਹੋਣਾ ਚਾਹੀਦਾ, ਪਰ ਪੰਜਾਬ ਸਰਕਾਰ ਨੇ 7ਵਾਂ ਵੇਸ਼ ਲਾਗੂ ਕੀਤਾ, ਕਿਉਂਕਿ ਇੱਕ ਇਹ ਵੀ ਹਾਸੋਹੀਣੀ ਗੱਲ ਆ, ਕਹਿੰਦੇ ਸਕੇਲ ਤਾਂ ਕੇਂਦਰ ਸਰਕਾਰ ਦਾ ਪਰ ਜੋ ਭੱਤੇ ਹਨ ਉਹ ਪੰਜਾਬ ਸਰਕਾਰ ਦੇ। ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਹੈ ਕਿ 17/7/2020 ਤੋਂ ਭਰਤੀ ਹੋਏ ਮੁਲਾਜ਼ਮ ਨੂੰ 6ਵਾਂ ਵੇਸ਼ ਹਰ ਹਾਲਤ ਲਾਗੂ ਕੀਤਾ ਜਾਵੇ। ਹਾਂਜੀ ਜੀ ਸਰ। ਸਰ ਜਿਸ ਤਰ੍ਹਾਂ ਕਿ 15/1/15 ਦਾ ਜਿਹੜਾ ਨੋਟੀਫਿਕੇਸ਼ਨ ਹੈ, ਨੋਟੀਫਿਕੇਸ਼ਨ ਬਾਰੇ ਕੀ ਵਿਚਾਰ ਹਨ ਤੁਹਾਡੇ? ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15/1/15 ਨੂੰ ਰੱਦ ਕਰਤਾ, ਕਹਿ ਦਿੱਤਾ ਪੰਜਾਬ ਸਰਕਾਰ ਨੂੰ ਬਿਨਾ ਮੁਲਾਜ਼ਮ ਤਨਖਾਹ ਫੇਸ ਕੀਤੀ ਜਾਵੇ ਤੇ ਪਰਮਿਸ਼ਨ ਪੀਰੀਅਡ ਦਾ ਏਰੀਆ ਦਿੱਤਾ ਜਾਵੇ। ਪਰ ਪੰਜਾਬ ਸਰਕਾਰ ਇਹ ਵਾਸਤੇ ਚੁੱਪ ਆ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ 15/1/15 ਨੂੰ ਰੱਦ ਕਰਕੇ ਪਰਮਿਸ਼ਨ ਮੁਲਾਜ਼ਮ ਤਨਖਾਹ ਫੇਸ ਕਰ ਸਕਦੀ ਹੈ ਜੀ, ਆਸ ਕੀਤੀ ਜਾ ਸਕਦੀ ਹੈ। ਹਾਂਜੀ ਮੈਡਮ ਜੀ। ਜੀ ਸਰ, ਤੇ ਪੁਰਾਣੀ ਪੈਨਸ਼ਨ ਸਕੀਮ ਬਾਰੇ ਵੀ ਕੁਝ ਵਿਚਾਰ ਨਾਲ ਸਾਂਝਾ ਕਰੋ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਆ ਵੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ, ਹਾਲਾਂਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਜਿਸ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ 13-14 ਮਹੀਨੇ ਹੋ ਚੁੱਕੇ ਹਨ, ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ ਲਾਗੂ ਨਹੀਂ ਕੀਤੀ ਗਈ। ਮੁਲਾਜ਼ਮ ਮੰਗ ਇਹੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, GPS ਦੇ ਖਾਤੇ ਖੋਲ੍ਹੇ ਜਾਣ, NPS ਦੇ ਖਾਤੇ ਬੰਦ ਕੀਤੇ ਹਨ। ਹਾਂਜੀ ਮੈਡਮ ਜੀ। ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮੈਡਮ ਜੀ। ਧੰਨਵਾਦ ਜੀ। ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਜੀ।